इब्तदाते इश्क है रोता है क्या, आगे आगे देखिए होता है क्या। जी हाँ, मैं जगजीत चाहना तो थोड़े लिए लैके आया एक बहुत वड्डी पोलिटिकल अपडेट। उत्सुकता बढ़ रही है और इस वेले जिमनी चोणां लई नामजदगी भरन दा कल अते परसों दो दिन रह गए ने, और दो दिनों दे विच खास उत्सुकता यह है कि सब तो वड्डी पार्टी जो देश दे विच राज कर रही है भारतीय जनता पार्टी, उसकी टिकट अनाउंस नहीं हुई। इस नूं लैके ਭਾਜਪਾ ਦੇ ਸਮਰਥਕਾਂ ਦੇ ਵਿੱਚ ਅੱਜ ਜਦੋਂ ਦਾ ਦਿਨ ਚੜਿਆ, ਲੋਕਾਂ ਨੇ ਟਿਟਕਾਈਆਂ ਲਾ ਕੇ ਦੇਖਿਆ ਕਿ ਕਦੋਂ ਚੈਨਲ 'ਤੇ ਕਿਸੇ 'ਤੇ ਹਾਈਲਾਈਟ ਹੋਏਗਾ ਕਿ ਭਾਜਪਾ ਦੀ ਟਿਕਟ ਅਨਾਊਂਸ ਹੋ ਗਈ। ਪਰ ਜਿਵੇਂ ਕਿ ਪਹਿਲਾਂ ਹੀ ਪਤਾ ਸੀ ਕਿ ਅੱਜ ਟਿਕਟ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਜੋ ਭਾਰਤੀ ਜਨਤਾ ਪਾਰਟੀ ਹੈ ਦੇਰ ਸ਼ਾਮ ਤੱਕ ਉਹਨਾਂ ਦੀ ਮੀਟਿੰਗ ਹੋਏਗੀ, ਪਰ ਉਸ ਵਿੱਚ ਪੰਜਾਬ ਜ਼ਿਮਨੀ ਚੋਣਾਂ ਦੀ ਚਰਚਾ ਹੋਏਗੀ। ਇਹ ਹਾਲੇ ਤੱਕ ਜੋ ਹੈ ਉਹ ਕਲੀਅਰ ਨਹੀਂ ਹੋ ਸਕਿਆ, ਪਰ ਕੱਲ੍ਹ ਜੋ ਹੈ ਸ਼ਾਮ ਨੂੰ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਹੋਣੀ ਹੈ, ਜਿਸ ਵਿੱਚ ਭਾਜਪਾ ਦੀਆਂ ਜ਼ਿਮਨੀ ਚੋਣਾਂ ਦੇ ਲਈ ਜੋ ਮੁਕੇਰੀਆਂ ਫਗਵਾੜਾ ਦੀ ਇੱਕ ਅਹਿਮ ਜੋ ਵਿਧਾਨ ਸਭਾ ਏਰੀਆ ਹੈ ਉਸ ਦੀ ਚੋਣ ਹੋਣੀ ਹੈ, ਖਾਸ ਤੌਰ 'ਤੇ ਕਿਉਂਕਿ ਇਹ ਭਾਜਪਾ ਦੇ ਕੋਟੇ ਤੋਂ ਆ। ਔਰ ਜੇਕਰ ਮੁਕੇਰੀਆਂ ਦੀ ਗੱਲ ਕਰੀਏ ਤਾਂ ਇੱਥੋਂ ਸਾਬਕਾ ਮੰਤਰੀ ਅਰੁਨਾਸ਼ ਸ਼ਾਖਰ ਜੋ ਹੈ ਉਹ ਇੱਕ ਵਾਰ ਫਿਰ ਪ੍ਰਬਲ ਦਾਅਵੇਦਾਰ ਨੇ ਟਿਕਟ ਦੇ। ਇਸ ਤੋਂ ਇਲਾਵਾ ਮੁਕੇਰੀਆਂ ਨਗਰ ਕੌਂਸਲ ਦੇ ਪ੍ਰਧਾਨ ਜੰਗੀ ਜੋ ਕਿ ਵੀ ਪ੍ਰਬਲ ਦਾਅਵੇਦਾਰ ਨੇ, ਔਰ ਦੋਨਾਂ ਦੇ ਵਿੱਚ ਟਿਕਟ ਨੂੰ ਲੈ ਕੇ ਇੱਕ ਬਹੁਤ ਤਕੜਾ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ। ਅਤੇ ਹਾਲੇ ਤੱਕ ਕੋਈ ਵੀ ਸਮਰਥਕ ਇਹ ਨਹੀਂ ਕਹਿ ਸਕਦਾ ਕਿ ਟਿਕਟ ਜੋ ਹੈ ਉਹਨਾਂ ਦੀ ਝੋਲੀ ਵਿੱਚ ਪੈ ਚੁੱਕੀ ਹੈ। ਬਿਲਕੁਲ ਹਾਲਾਤ ਇਸੇ ਤਰ੍ਹਾਂ ਦੇ ਫਗਵਾੜਾ ਦੇ ਵਿੱਚ ਵੀ ਨੇ, ਹਾਲਾਂਕਿ ਫਗਵਾੜਾ ਦੇ ਵਿੱਚ ਹਾਲੇ ਵੀ ਜੇਕਰ ਦੇਖਿਆ ਜਾਵੇ ਬਾਜ਼ਾਰੀ ਜੋ ਖਾਸ ਤੌਰ 'ਤੇ ਸਰਵੇ ਦੇ ਮੁਤਾਬਕ ਦੇਖਿਆ ਜਾਵੇ ਤਾਂ ਅਨੀਤਾ ਸੋਮ ਪ੍ਰਕਾਸ਼ ਹਾਲੇ ਵੀ ਪ੍ਰਬਲ ਦਾਅਵੇਦਾਰ ਬਣੀ ਹੋਈ ਹੈ। ਔਰ ਕਾਂਗਰਸ ਦੇ ਖਿੱਤੇ ਦਾ ਵੀ ਮੰਨਣਾ ਹੈ ਕਿ ਜੇਕਰ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਮਿਲਦੀ ਹੈ ਤਾਂ ਇਸ ਵਾਰ ਜ਼ਿਮਨੀ ਚੋਣ 'ਤੇ ਕੜੜਾ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ। ਪਰ ਇਸ ਦੇ ਨਾਲ ਹੀ ਪੈਨਲ ਦੇ ਵਿੱਚ ਦੋ ਨਾਂ ਹਾਲੇ ਵੀ ਬਰਕਰਾਰ ਨੇ, ਔਰ ਕਿਉਂਕਿ ਹਾਲੇ ਤੱਕ ਜ਼ਿਮਨੀ ਇਲੈਕਸ਼ਨ ਦੀ ਕੋਈ ਮੀਟਿੰਗ ਨਹੀਂ ਹੋਈ, ਇਸੇ ਲਈ ਪੈਨਲ ਦੇ ਵਿੱਚ ਸੁਰੱਖਿਅਤ ਨੇ ਉਹਨਾਂ ਦੇ ਨਾਂ, ਜਿਨ੍ਹਾਂ ਵਿੱਚੋਂ ਇੱਕ ਨਾਂ ਹੈ ਰਜੇਸ਼ ਬਾਂਗਾ ਜੀ ਦਾ ਜੋ ਕਿ ਪੰਜਾਬ SC ST ਕਮਿਸ਼ਨ ਦੇ ਅਕਾਲੀ ਭਾਜਪਾ ਗੱਠਜੋੜ ਸਮੇਂ ਚੇਅਰਮੈਨ ਰਹਿ ਚੁੱਕੇ ਨੇ, ਔਰ ਖਾਸ ਤੌਰ 'ਤੇ ਸੰਘ ਦੇ ਨਾਲ ਵੀ ਉਹਨਾਂ ਦਾ ਗਹਿਰਾ ਸੰਬੰਧ ਰਿਹਾ ਹੈ। ਅਤੇ ਤੀਸਰਾ ਜੋ ਨਾਂ ਹੈ ਨੌਜਵਾਨ ਐਡਵੋਕੇਟ ਸਾਹਿਲ ਸਾਂਪਲਾ ਜੀ, ਜੋ ਕਿ ਕੇਂਦਰੀ ਰਾਜ ਮੰਤਰੀ ਅਤੇ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਵਿਜੇ ਸਾਂਪਲਾ ਦੇ ਸਪੁੱਤਰ ਨੇ, ਉਹ ਬਣੇ ਹੋਏ ਨੇ, ਔਰ ਇਹ ਤਿੰਨਾਂ ਦੇ ਵਿੱਚ ਹਾਲੇ ਅਸਮੰਜਸ ਦੀ ਸਥਿਤੀ ਹੈ। ਹਾਲਾਂਕਿ ਜਦੋਂ ਦੀ ਫਗਵਾੜਾ ਹੈਡਲਾਈਨ ਲਾਈਵ ਨੇ ਸਾਹਿਲ ਸਾਂਪਲਾ ਨਾਲ ਇਸ ਸੰਬੰਧੀ ਗੱਲ ਕੀਤੀ ਕਿ ਅੱਜ ਟਿਕਟ ਅਨਾਊਂਸ ਹੋ ਸਕਦੀ ਹੈ, ਉਹਨਾਂ ਦਾ ਮੰਨਣਾ ਹੈ ਕਿ ਕੱਲ੍ਹ ਸੰਭਾਵਨਾਵਾਂ ਇਸ ਦੀਆਂ ਜ਼ਿਆਦਾ ਨੇ। ਕੱਲ੍ਹ ਸ਼ਾਮ ਨੂੰ ਜੋ ਮੀਟਿੰਗ ਹੋਣ ਜਾ ਰਹੀ ਹੈ ਜ਼ਿਮਨੀ ਇਲੈਕਸ਼ਨਸ ਦੀ, ਉਸ ਦੇ ਵਿੱਚ ਇਹ ਜੋ ਹੈ ਉਹ ਸੰਭਾਵਨਾ ਹੈ ਕਿ ਟਿਕਟ ਅਨਾਊਂਸ ਹੋ ਜਾਵੇ। ਜਦਕਿ ਜੋ ਦੂਸਰੇ ਉਮੀਦਵਾਰ ਰਜੇਸ਼ ਬਾਂਗਾ ਜੀ ਨੂੰ ਜਦੋਂ ਪੁੱਛਿਆ ਕਿ ਟਿਕਟ ਕਿਸ ਵੇਲੇ ਅਨਾਊਂਸ ਹੋ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਵਾਲੇ ਹੀ ਦੱਸ ਸਕਦੇ ਨੇ, ਉਹ ਫਿਲਹਾਲ ਜਲੰਧਰ ਨੇ। ਅਤੇ ਜੋ ਤੀਸਰੇ ਪ੍ਰਬਲ ਦਾਅਵੇਦਾਰ ਨੇ, ਔਰ ਅਸੀਂ ਖਾਸ ਅਪਡੇਟ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੇਣਾ ਚਾਹਾਂਗੇ ਕਿ ਕੱਲ੍ਹ ਰਾਤ ਇੱਕ ਵਿਸ਼ੇਸ਼ ਵਫਦ ਜੋ ਜਿਨ੍ਹਾਂ ਵਿੱਚ ਕਿ ਖਾਸ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਸੋਮ ਪ੍ਰਕਾਸ਼ ਜੋ ਗਰੁੱਪ ਦੇ ਸਮਰਥਕ ਹੀ ਜ਼ਿਆਦਾ ਮਿਊਂਸੀਪਲ ਕੌਂਸਲਰ ਸੇ, ਉਹਨਾਂ ਦਾ ਜੋ ਵਫਦ ਆ ਉਹ ਦਿੱਲੀ ਰਵਾਨਾ ਹੋਇਆ ਸੀ, ਔਰ ਭਰੋਸੇਯੋਗ ਸੂਤਰਾਂ ਦੁਆਰਾ ਇਸ ਜੋ ਮੰਡਲ ਦੇ ਵਿੱਚ ਖਾਸ ਤੌਰ 'ਤੇ ਸਨ ਮੰਡਲ ਪ੍ਰਧਾਨ
ਪਰਮਜੀਤ ਪੰਮਾ ਚਾਚੋ ਕੀ। ਇਸ ਤੋਂ ਇਲਾਵਾ ਵਾਰਡ 48 ਤੋਂ ਮਿਊਂਸੀਪਲ ਕੌਂਸਲਰ ਪਰਮਜੀਤ ਸਿੰਘ ਖੁਰਾਨਾ ਜੋ ਉਹ ਇਸ ਵੇਲੇ ਵੀ ਦਿੱਲੀ ਨੇ। ਇਸ ਤੋਂ ਇਲਾਵਾ ਇੰਦਰਜੀਤ ਸੋਨਕਰ ਮਿਊਂਸੀਪਲ ਕੌਂਸਲਰ ਨੇ ਭਾਜਪਾ ਦੇ, ਔਰ ਅਕਾਲੀ ਦਲ ਦਾ ਵੀ ਇੱਕ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ ਜੋ ਹੈ ਉਹ ਇਸ ਵੇਲੇ ਇਸੇ ਹੀ ਮੰਡਲ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਅਰਬਨ ਸਟੇਟ ਤੋਂ ਜਸਵਿੰਦਰ ਕੌਰ ਮਿਊਂਸੀਪਲ ਕੌਂਸਲਰ, ਉਹਨਾਂ ਦੇ ਪਤੀ ਸੁਖਵਿੰਦਰ ਸਿੰਘ ਉਹ ਵੀ ਇਸ ਵਿੱਚ ਸ਼ਾਮਲ ਨੇ। ਇਸ ਤੋਂ ਇਲਾਵਾ 3 ਮਿਊਂਸੀਪਲ ਕੌਂਸਲਰ ਹੋਰ ਨੇ। ਦੇਖਿਆ ਜਾਵੇ ਤਾਂ ਕਿਆਸ ਰਹੀਆਂ, ਜਿਵੇਂ ਜਿਵੇਂ ਦਿਨ ਬੀਤ ਰਿਹਾ ਹੈ ਤਿਵੇਂ ਤਿਵੇਂ ਉਤਸੁਕਤਾ ਵੀ ਵਧ ਰਹੀ ਹੈ। ਹਾਲਾਂਕਿ ਮੌਸਮ ਇਸ ਵੇਲੇ ਫਗਵਾੜਾ ਦਾ ਬਹੁਤ ਰੰਗੀਨ ਹੋ ਚੁੱਕਾ ਹੈ, ਔਰ ਇਸ ਵੇਲੇ ਹਲਕੀ ਹਲਕੀ ਬੂੰਦਾਬਾਂਦੀ ਨੇ ਮੌਸਮ ਨੂੰ ਖੂਬਸੂਰਤ ਕਰ ਦਿੱਤਾ ਹੈ, ਅਤੇ ਠੰਡੇ ਮਾਹੌਲ ਦੇ ਵਿੱਚ ਇਸ ਵੇਲੇ ਜੋ ਭਾਜਪਾ ਦੀ ਠੰਡੇ ਬਸਤੇ ਵਿੱਚ ਟਿਕਟ ਪਈ ਹੋਈ ਹੈ ਉਹ ਕਦੋਂ ਗਰਮ ਹੋਏਗੀ ਇਹ ਤਾਂ ਭਵਿੱਖ ਤੈਅ ਕਰੇਗਾ। ਪਰ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਉਸ ਤਰ੍ਹਾਂ ਦੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ, ਕਿਉਂਕਿ ਅੱਜ ਕਿਹਾ ਜਾਂਦਾ ਨਰਿੰਦਰ ਮੋਦੀ ਜੀ ਦਾ ਰੋਡ ਸ਼ੋਅ ਵੀ ਹੈ ਜਿਸ ਵਿੱਚ ਬਹੁਤ ਸਾਰੇ ਹਾਈ ਕਮਾਂਡ ਨਾਲ ਸੰਬੰਧਿਤ ਭਾਜਪਾ ਦੇ ਆਗੂ ਬਿਜ਼ੀ ਸੀ। ਇਸ ਕਰਕੇ ਅੱਜ ਬਹੁਤ ਘੱਟ ਸੰਭਾਵਨਾ ਹੈ ਕਿ ਜੋ ਅੱਜ ਮੀਟਿੰਗ ਹੋ ਸਕੇ, ਕੱਲ੍ਹ ਕਾਫੀ ਪ੍ਰਬਲ ਸੰਭਾਵਨਾ ਹੈ ਕਿ ਕੱਲ੍ਹ ਮੀਟਿੰਗ ਹੋਵੇ। ਔਰ ਇਸ ਤਰ੍ਹਾਂ ਦੀਆਂ ਕਿਆਸ ਰਹੀਆਂ ਨੇ ਕਿ ਕੱਲ੍ਹ ਦੇਰ ਸ਼ਾਮ ਤੱਕ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰੀ ਫਗਵਾੜਾ ਤੋਂ ਤੈਅ ਹੋ ਜਾਏਗੀ ਅਤੇ ਉਮੀਦਵਾਰ ਦਾ ਐਲਾਨ ਹੋ ਜਾਏਗਾ, ਕਿਉਂਕਿ ਇਸ ਤੋਂ ਬਾਅਦ ਸੋਮਵਾਰ ਦਾ ਆਖਰੀ ਦਿਨ ਬਚਦਾ ਹੈ ਨਾਮਜ਼ਦਗੀ ਭਰਨ ਦਾ। ਉਂਝ ਦੇਖਿਆ ਜਾਵੇ ਤਾਂ ਸੰਭਾਵੀ ਉਮੀਦਵਾਰਾਂ ਨੇ ਇਸ ਵੇਲੇ ਜੋ ਫਾਈਲਾਂ ਨੇ ਆਪਣੀਆਂ ਜਮ੍ਹਾਂ ਕਰਾਉਣੀਆਂ ਨੇ, ਉਹਦਾ ਜੋ ਕਾਗਜ਼ੀ ਕਾਰਵਾਈ ਹੈ ਉਹ ਲਗਭਗ ਪੂਰੀ ਕਰ ਲਈ ਹੈ, ਅਤੇ ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਜਦੋਂ ਵੀ ਟਿਕਟ ਦਾ ਅਨਾਊਂਸ ਹੋਏਗਾ ਉਸੇ ਵੇਲੇ ਸੋਮਵਾਰ ਨੂੰ ਜੋ ਹੈ ਨਾਮਜ਼ਦਗੀ ਭਾਜਪਾ ਦੇ ਉਮੀਦਵਾਰ ਭਰਨਗੇ। ਜੇ ਦੇਖਿਆ ਜਾਵੇ ਅੱਜ ਬਹੁਜਨ ਸਮਾਜ ਪਾਰਟੀ ਨੇ ਵੀ ਜੋ ਭਗਵਾਨ ਦਾਸ ਦੇ ਰੂਪ ਵਿੱਚ ਇੱਕ ਨਵਾਂ ਚਿਹਰਾ ਉਤਾਰਿਆ ਹੈ, ਇਸ ਤੋਂ ਇਲਾਵਾ ਕਾਂਗਰਸ ਨੇ ਅਸਲੋ ਨਵਾਂ ਚਿਹਰਾ ਬਲਵਿੰਦਰ ਸਿੰਘ ਧਾਰੀਵਾਲ ਉਤਾਰਿਆ ਹੈ, ਅਤੇ ਜੇਕਰ ਅਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਜੋ ਰਜੇਸ਼ ਬਾਂਗਾ ਜੀ ਨੂੰ ਟਿਕਟ ਮਿਲੀ ਤਾਂ ਫਗਵਾੜੇ ਲਈ ਉਹ ਨਵਾਂ ਚਿਹਰਾ ਹੋਣਗੇ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਵੀ ਸੰਭਾਵਨਾ ਤੋਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਰਾਜਨੀਤੀ ਹੈ, ਕੁਛ ਵੀ ਹੋ ਸਕਦਾ ਹੈ, ਕੋਈ ਚੌਥਾ ਨਵਾਂ ਚਿਹਰਾ ਵੀ ਆ ਸਕਦਾ ਹੈ। ਹਾਲਾਂਕਿ ਨਾਮ ਮਾਤਰ ਹੈ ਇਸ ਦੀ ਸੰਭਾਵਨਾ, ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਚੋਣਾਂ ਦੇ ਵਿੱਚ ਵੀ ਸੰਨੀ ਦਿਓਲ ਨੂੰ ਉਤਾਰ ਦਿੱਤਾ ਸੀ ਗੁਰਦਾਸਪੁਰ ਤੋਂ, ਜਦੋਂ ਕਿ ਕਿਸੇ ਨੂੰ ਇਹ ਚੇਤਾ ਵੀ ਨਹੀਂ ਸੀ ਕਿ ਸੰਨੀ ਦਿਓਲ ਚੋਣ ਲੜ ਸਕਦੇ ਨੇ। ਇਸ ਤੋਂ ਇਲਾਵਾ ਹੰਸਰਾਜ ਹੰਸ ਜੀ ਨੂੰ ਜੋ ਕਿ ਪੰਜਾਬ ਨਾਲ ਸੰਬੰਧਿਤ ਹੈ ਅਤੇ ਦਿੱਲੀ ਨਾਲ ਉਹਨਾਂ ਦਾ ਬਹੁਤਾ ਸੰਬੰਧ ਨਹੀਂ ਸੀ, ਉਹਨਾਂ ਨੂੰ ਦਿੱਲੀ ਤੋਂ ਜਾ ਕੇ ਉਤਾਰਿਆ ਅਤੇ ਉੱਥੋਂ ਵੀ ਉਹ ਚੋਣ ਜਿੱਤ ਗਏ। ਇਸ ਤਰ੍ਹਾਂ ਦੀਆਂ ਸੰਭਾਵਨਾ ਨੇ, ਕਿਉਂਕਿ ਭਾਜਪਾ ਮੰਥਨ ਕਰ ਰਹੀ ਹੈ ਕਿ 2022 ਦੇ ਵਿੱਚ ਉਹ ਆਪਣੀ ਪੱਧਰ 'ਤੇ ਲੜੇਗਾ, ਅਤੇ ਉਸ ਦਾ ਸੰਕੇਤ ਵੀ ਉਹਨੇ ਦੇ ਦਿੱਤਾ ਹੈ। ਹਰਿਆਣਾ ਦੇ ਵਿੱਚ ਜੋ ਅਕਾਲੀ ਦਲ ਦੇ MLA ਸਨ ਉਹ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ, ਅਤੇ ਅੱਜ ਸੁਖਬੀਰ ਬਾਦਲ ਦਾ ਜੋ ਬਿਆਨ ਹੈ ਕਿ ਹਰਿਆਣਾ ਵਿੱਚ ਅਕਾਲੀ ਦਲ ਆਪਣੇ ਪੱਧਰ 'ਤੇ ਚੋਣ ਲੜੇਗਾ, ਇਸ ਸੰਭਾਵਨਾ ਨੇ ਵੀ ਇਸ ਪੈਨਲ ਤੋਂ ਇਲਾਵਾ ਭਾਜਪਾ ਨੂੰ ਸੋਚਣ ਦੇ ਲਈ ਜੋ ਇੱਕ ਨਵਾਂ ਰਾਹ ਦਿੱਤਾ ਹੈ, ਅਤੇ ਇਹ ਹੋ ਸਕਦਾ ਹੈ ਕੋਈ ਨਵੇਂ ਉਮੀਦਵਾਰ ਦੀ ਵੀ ਲੈਟਰੀ ਖੁੱਲ੍ਹ ਸਕਦੀ ਹੈ। ਸਾਡੇ ਕੋਲ ਜਦੋਂ ਵੀ ਇਹ ਅਪਡੇਟ ਆਏਗੀ ਆਪਣੇ ਦਰਸ਼ਕਾਂ ਨੂੰ ਦੇਵਾਂਗੇ। ਫਿਲਹਾਲ ਇਹ ਦੱਸਦੇ ਹੋਏ ਕਿ ਹੱਲੇ ਤੱਕ ਫਿਲਹਾਲ ਜੋ ਭਾਜਪਾ ਦੀ ਟਿਕਟ ਹੈ ਉਹ ਠੰਡੇ ਬਸਤੇ ਦੇ ਵਿੱਚ ਹੈ, ਅਤੇ ਅੱਜ ਸ਼ਨੀਵਾਰ ਇਸ ਦੀਆਂ ਬਹੁਤ ਘੱਟ ਸੰਭਾਵਨਾਵਾਂ ਨੇ ਕਿ ਉਮੀਦਵਾਰ ਦਾ ਐਲਾਨ ਹੋ ਸਕੇ। ਹਾਂ, ਕੱਲ੍ਹ ਕਾਫੀ ਪ੍ਰਬਲ ਸੰਭਾਵਨਾਵਾਂ ਹੈ ਕਿ ਦੇਰ ਸ਼ਾਮ ਤੱਕ ਇਹ ਉਮੀਦਵਾਰ ਦਾ ਐਲਾਨ ਹੋਏਗਾ, ਅਤੇ ਸੋਮਵਾਰ ਭਾਰਤੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਕਿਹੜਾ ਉਮੀਦਵਾਰ ਦੀ ਇਸ ਵਾਰ ਲੈਟਰੀ ਖੁੱਲ੍ਹਦੀ ਹੈ ਇਹ ਵੀ ਆਪਣੇ ਆਪ ਵਿੱਚ ਦੇਖਣ ਵਾਲੀ ਗੱਲ ਹੋਏਗੀ। ਲੇਟੈਸਟ ਅਪਡੇਟ ਨਾਲ ਬਣੇ ਰਹੋ ਸਾਡੇ ਨਾਲ। ਜੇਕਰ ਤੁਸੀਂ ਸਾਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਯੂਟਿਊਬ 'ਤੇ ਜਾਓ, ਸਰਚ ਕਰੋ ਦੀ ਫਗਵਾੜਾ ਹੈਡਲਾਈਨ ਲਾਈਵ, ਅਤੇ ਜੁੜ ਜਾਓ ਸਾਡੇ ਨਾਲ ਲੇਟੈਸਟ ਅਪਡੇਟ ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਪੋਲੀਟੀਕਲ ਸਰਗਰਮੀਆਂ ਦੀ ਇੱਕ ਹੋਰ ਅਪਡੇਟ ਲੈ ਕੇ। ਕੈਮਰਾਮੈਨ ਵਿਨੇ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।